कंप्यूटर डीलर्स एसोसिएशन हुशियारपुर की तरफ से भाई कन्हैया जी ब्लड बैंक में रक्तदान शिविर लगाया गया। इस मौके पर चेयरमैन प्रेम सैनी व प्रधान सुनील वर्मा ने बताया कि आज का दिन इसलिए भी खास है क्योंकि आज उनके बहुत ही माननीय सदस्य मनप्रीत सिंह का जन्मदिन भी है और उनकी प्रेरणा से एसोसिएशन ने यह कदम उठाया। इस दौरान एसोसिएशन के सदस्यों ने बढ़ चढ़कर 20 से अधिक यूनिट रक्तदान किया। इस दौरान ब्लड बैंक की तरफ से एसोसिएशन को सम्मानित भी किया गया। इस मौके पर डॉक्टर राकेश मेहता ने भी विशेष तौर से पहुंचकर इस प्रयास संदीप डोगरा के साथ कुरपित गोपी की रिपोर्ट। हुशियारपुर कंप्यूटर एसोसिएशन वालों जो ब्लड कैंप लगाया जा रहा है मनप्रीत जी के बर्थडे का भी और ये सारे ही इस ब्लड बैंक के भागीदार ने क्योंकि ये ब्लड बैंक सारा NGOs दे करके ही चल रहा है ते असी तुहानू सारयां नू इस ब्लड कैंप की मैं बधाई देना वा और एक कामना करता वा भी अगों भी किसी भी ईवेंट्स जिहड़ी भी ईवेंट्स उन्हां दे कोई आ जाए एक बहाने ही हुंदा उस बहाने ते एक कैंप लांदे रहन अगों भी जिहड़ा इस तरह ही सेवा करदे रहन क्योंकि ये असली मायने च ह्यूमन की सेवा है। एक ऐसी चीज़ है जिहड़ा सिंथेटिक नहीं बन सकता मैन टू मैन ही लगना बंदे दा आएगा तो किसी नूं होर जाएगा। इसलिए मैं सारयां नूं रिक्वेस्ट करदा सारयां नूं वधाई देना ਅਤੇ ਅੱਗੋਂ ਵੀ ਇਸ ਤਰ੍ਹਾਂ ਹੀ ਮਾਨਵਤਾ ਦੀ ਸੇਵਾ ਕਰਦੇ ਰਹੋ। ਧੰਨਵਾਦ। ਅੱਜ ਹੁਸ਼ਿਆਰਪੁਰ ਕੰਪਿਊਟਰ ਡੀਲਰ ਐਸੋਸੀਏਸ਼ਨ ਦੇ ਬਹੁਤ ਹੀ ਮਾਣਯੋਗ ਮੀਡੀਆ ਇੰਚਾਰਜ ਮਨਪ੍ਰੀਤ ਸਿੰਘ ਰੈਸੀ ਜੀ ਉਹਨਾਂ ਦਾ ਜਨਮਦਿਨ ਹੈ ਅਤੇ ਉਹ ਜਨਮਦਿਨ ਅਸੀਂ ਭਾਈ ਘਨੱਈਆ ਚੈਰੀਟੇਬਲ ਬਲੱਡ ਬੈਂਕ ਦੇ ਵਿੱਚ ਆ ਕੇ ਬਲੱਡ ਡੋਨੇਟ ਕਰਕੇ ਸੈਲੀਬ੍ਰੇਟ ਕਰ ਰਹੇ ਹਾਂ। ਸੋ ਮੈਂ ਸਮਝਦਾ ਕਿ ਬਹੁਤ ਮਾਣ ਵਾਲੀ ਗੱਲ ਹੈ ਬਹੁਤ ਹੀ ਭਾਗਾਂ ਵਾਲੀ ਗੱਲ ਹੈ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਨਾਲ ਸੋਚ ਕੇ ਇਹ ਦਿਨ ਅਸੀਂ ਸੈਲੀਬ੍ਰੇਟ ਕੀਤਾ ਔਰ ਅਸੀਂ ਬਹੁਤ ਸਾਰੇ ਮੈਂਬਰਸ ਤਾਂ ਹੈ ਹੀ ਹਾਂ ਆਪਣੇ ਸਾਥੀਆਂ ਨੂੰ ਵੀ ਨਾਲ ਲੈ ਕੇ ਆਏ ਕਿ ਅੱਜ ਇਹ ਬਲੱਡ ਡੋਨੇਟ ਕਰਨ। ਬਹੁਤ ਸਾਰੇ ਸਾਥੀ ਇਸ ਤਰ੍ਹਾਂ ਦੇ ਜਿਹੜੇ ਕਿ ਪਹਿਲੀ ਵਾਰੀ ਬਲੱਡ ਡੋਨੇਟ ਕਰ ਰਹੇ ਆ ਬਾਕੀ ਉੱਥੇ ਨਾਲ ਨਾਲ ਜਿਹੜੇ ਰੈਗੂਲਰ ਡੋਨਰ ਵੀ ਹੈਗੇ ਆ ਉਹ ਵੀ ਨਾਲ ਅੱਜ ਬਲੱਡ ਡੋਨੇਟ ਕਰ ਰਹੇ ਆ। ਸੋ ਮੈਂ ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਅੱਗੇ ਤੋਂ ਵੀ ਇਹ ਆਸ ਰੱਖਦਾ ਕਿ ਇਹ ਰੈਗੂਲਰ ਡੋਨਰ ਬਣ ਜਾਣ ਜਿਹੜਾ ਵੀ ਪਹਿਲੀ ਵਾਰ ਡੋਨੇਟ ਕਰ ਰਿਹਾ ਉਹ ਰੈਗੂਲਰ ਡੋਨਰ ਬਣ ਜਾਵੇ। ਬਹੁਤ ਬਹੁਤ ਧੰਨਵਾਦ। ਇਹ ਹੁਸ਼ਿਆਰਪੁਰ ਕੰਪਿਊਟਰ ਐਸੋਸੀਏਸ਼ਨ ਵੱਲੋਂ ਅੱਜ ਪਹਿਲੀ ਵਾਰੀ ਕੈਂਪ ਲਗਾਇਆ ਗਿਆ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਮੈਂਬਰ ਮਨਪ੍ਰੀਤ ਸਿੰਘ ਰੈਸੀ ਜੀ ਇਹਨਾਂ ਦਾ ਅੱਜ ਜਨਮਦਿਨ ਆ ਉਹਦੇ ਉਪਲਕਸ਼ ਵਿੱਚ ਇਹਨਾਂ ਨੇ ਸਾਨੂੰ ਸਲਾਹ ਦਿੱਤੀ ਕਿਉਂਕਿ ਇਹ ਆਲਰੇਡੀ 40-45 ਵਾਰ ਬਲੱਡ ਡੋਨੇਟ ਕਰ ਚੁੱਕੇ ਨੇ। ਇਹਨਾਂ ਦੀ ਜਿਹੜੀ ਮਤਲਬ ਇਹ ਦੇਖ ਕੇ ਆਪਾਂ ਕਿ ਇਹ ਇੰਨਾ ਮੋਟੀਵੇਟਿਵ ਹੈਗੇ ਆ ਇਹ ਆਪਣੇ ਆਪ ਸਾਨੂੰ ਵੀ ਮੋਟੀਵੇਟ ਕੀਤਾ ਕਿ ਅਸੀਂ ਬਲੱਡ ਦਈਏ ਤਾਂ ਕਿ ਕੋਈ ਲਾਈਫ ਸੇਵ ਕਰ ਸਕੀਏ। ਇਹਨਾਂ ਦੀ ਇਸ ਜਿਹੜੀ ਵਧੀਆ ਸੋਚ ਦੇ ਨਾਲ ਅਸੀਂ ਸਾਰੇ ਮੈਂਬਰਸ ਨੇ ਡਿਸਾਈਡ ਕੀਤਾ ਕਿ ਅੱਜ ਇਹਨਾਂ ਦੇ ਬਰਥਡੇ ਦੇ ਉੱਤੇ ਹੀ ਅਸੀਂ ਇਹ ਕੈਂਪ ਲਗਾਈਏ ਅਤੇ ਸਾਡੇ ਕੋਲ ਮੈਂਬਰਸ ਦੇ ਵਿੱਚ ਕੁਝ ਬੰਦੇ ਇੱਦਾਂ ਦੇ ਆ ਜਿਹੜੇ ਕਿ ਫਸਟ ਟਾਈਮ ਡੋਨੇਟ ਕਰ ਰਹੇ ਨੇ ਔਰ ਸਾਨੂੰ ਬੜੀ ਖੁਸ਼ੀ ਹੋਈ ਕਿ ਉਹ ਪਹਿਲੀ ਵਾਰੀ ਦੇ ਕੇ ਬੜੇ ਖੁਸ਼ ਹੋਏ ਕਿ ਇਹ ਬਹੁਤ ਅੱਛੀ ਚੀਜ਼ ਆ ਕਿ ਆਪਾਂ ਕਿਸੇ ਦੀ ਲਾਈਫ ਸੇਵ ਕਰ ਸਕੀਏ। ਮੈਂ ਤਹਿ ਦਿਲੋਂ ਭਾਈ ਕਨੱਈਆ ਜੀ ਬਲੱਡ ਬੈਂਕ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਉਪਰਾਲਾ ਕਰਨ ਲਈ ਸਾਡੀ ਹੈਲਪ ਕੀਤੀ ਅਤੇ ਪਲੱਸ ਆਪਣੇ ਸਾਰੀ ਮੈਂਬਰ ਟੀਮ ਦਾ ਸ਼ੁਕਰੀਆ ਕਰਦਾ ਜਿਨ੍ਹਾਂ ਨੇ ਸਾਡੇ ਇਸ ਮਿਸ਼ਨ ਨੂੰ ਅਤੇ ਇਸ ਜਿਹੜਾ ਸਾਡਾ ਮੋਟਿਵ ਸੀਗਾ ਇਹਨੂੰ ਕਾਮਯਾਬ ਕੀਤਾ। ਥੈਂਕ ਯੂ ਜੀ। ਮੈਂ SCDA ਵੱਲੋਂ ਸਾਰੀ SCDA ਦੀ ਟੀਮ ਦਾ ਅਤੇ ਸਾਰੇ ਡੋਨਰਸ ਦਾ ਧੰਨਵਾਦ ਕਰਦਾ ਵਾਂ ਅਤੇ SCDA ਦੀ ਕਾਫੀ ਸਮੇਂ ਲੰਬੇ ਸਮੇਂ ਤੋਂ ਸੋਚ ਚੱਲ ਰਹੀ ਸੀਗੀ ਕਿ ਅਸੀਂ ਇਹ ਬਲੱਡ ਡੋਨੇਸ਼ਨ ਕੈਂਪ ਲਗਾਈਏ ਅਤੇ ਇਹ ਅੱਜ ਅਸੀਂ ਲਗਾਉਣ ਵਿੱਚ ਕਾਮਯਾਬ ਹੋਏ। ਤੁਸੀਂ ਸਭ ਲੋਕਾਂ ਨੇ ਬਹੁਤ ਸਾਡਾ ਸਾਥ ਦਿੱਤਾ ਅਤੇ ਇੱਕ ਅਸੀਂ ਬੜੇ ਹਰ
ਕੋਈ ਸੇਵਾ ਕਰਦਾ ਹੈਗਾ, ਕੋਈ ਕੈਸ਼ ਦੀ ਸੇਵਾ ਕਰਦਾ, ਕੋਈ ਕਿਸ ਤਰੀਕੇ ਨਾਲ ਕਰਦਾ, ਲੇਕਿਨ ਮੈਂ ਇੱਥੇ ਕਹਿਣਾ ਚਾਹੂੰਗਾ ਕਿ ਜੇ ਅਸੀਂ ਬਲੱਡ ਡੋਨੇਟ ਕਰਕੇ ਜਿਹੜੀ ਸੇਵਾ ਕਰਦੇ ਹਾਂ ਉਹਦੇ ਨਾਲ ਦੀ ਉਸ ਤੋਂ ਮਹਾਨ ਸੇਵਾ ਕੋਈ ਨਹੀਂ ਹੈਗੀ। ਪੈਸਾ ਦੇ ਕੇ ਅਸੀਂ ਕਿਸੇ ਨੂੰ ਕੋਈ ਚੀਜ਼ ਦੇ ਸਕਦੇ ਹਾਂ, ਲੇਕਿਨ ਬਲੱਡ ਡੋਨੇਟ ਕਰਕੇ ਅਸੀਂ ਇੱਕ ਜ਼ਿੰਦਗੀ ਕਿਸੇ ਨੂੰ ਅਸੀਂ ਦੇ ਰਹੇ ਹੈਗੇ ਹਾਂ। ਅਤੇ ਇਸ ਲਈ ਮੈਂ ਜਿਹੜੇ ਵੀ ਡੋਨਰਸ ਹੈਗੇ ਸਾਰਿਆਂ ਦਾ ਥੈਂਕ ਯੂ ਕਰਦਾ, ਧੰਨਵਾਦ ਕਰਦਾ, ਅਤੇ ਮਨਪ੍ਰੀਤ ਭਾਈ ਦਾ ਜਿਨ੍ਹਾਂ ਦਾ ਜਨਮ ਦਿਨ ਸੀਗਾ ਅੱਜ ਹੈ, ਅਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ, ਅਤੇ ਸਟੈਲਰ ਨਿਊਜ਼ ਵਾਲਿਆਂ ਦਾ ਜਿਹੜੇ ਸਾਡੀ ਇਸ ਅੱਛੀ ਸੋਚ ਨੂੰ, SCDA ਦੀ ਅੱਛੀ ਸੋਚ ਨੂੰ ਜਨ ਜਨ ਤੱਕ, ਲੋਕਾਂ ਤੱਕ ਪਹੁੰਚਾ ਰਹੇ ਹੈਗੇ ਆ, ਉਹਨਾਂ ਦਾ ਬਹੁਤ ਬਹੁਤ ਥੈਂਕ ਯੂ। ਪਲੱਸ ਬਲੱਡ ਬੈਂਕ ਵਾਲਿਆਂ ਦਾ ਜਿਨ੍ਹਾਂ ਨੂੰ ਮੈਂ ਬਾਬਾ ਸਾਹਿਬ ਨੂੰ ਫੋਨ ਕੀਤਾ ਅਤੇ ਇੱਕ ਫੋਨ 'ਤੇ ਹੀ ਸਿੱਧਾ ਉਹਨਾਂ ਨੇ ਸਾਨੂੰ ਕਿਹਾ ਜੀ ਅਸੀਂ ਰੈਡੀ ਹੈਗੇ ਹਾਂ, ਤੁਸੀਂ ਆਓ, ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮੱਚ। Excellent coaching point in IELTS and spoken English, also expert in study and visitor visa, government approved, SS group, session chowk, Hoshiarpur.